अस्सलाम वालेकुम जी, तुसी देख रहे हो मेरा चैनल हड बीती ते जग बीती। वड्डे भाईजान ने, बुजुर्ग ने, दफुल्ला साहब, तुहानू पता है कदी पंजाब दी सकाफत हुंदी सी मेले मेले ठेले, हुण ते बहुत रौनकां घट गईआं ने। असी चाहुंदे आ कि अरफान भाई भी बड़े दिलचस्पी रखदे ने मेलियां च, ते ये जनाब इन्हां दे नाल कोई सवाल जवाब करन, सानू कोई मेलियां बारे दसण जिहड़ी साडी अजकल दी न्यू जनरेशन है, ताकि उहनू वी पता लगे कि ये मेले ठेले की होंगे सन। सानू तो कह देंगे ने भाई तुम सुपर जनरेशन बड़ा कुछ वेखे है, तो यही चाहते तो भी मालूमात मिले जी जनाब। हाँ जी, मेले जी साढ़े इतने मेले तो बड़े लगते हैं पंजाब, गुरू साहब, दिवाली, विसाखी, बहरहाल साढ़े को जो मेला लगता ना विसाखी इमामबाद, इमामबाद ये सब तो मशहूर सी। अच्छा, ये जो ये मेला, ये मैं छोटे होंदे जो गया वा इस मेले से, ये पता है अगर एक बड़ा सारा तला है वो सिख आके नहाते होंगे सन, तला बड़ा बड़ा बन बना दो तीन मंजिल है, हाँ जी, थले तला है, सूआ वड्डा लंघदा बिलकुल लंघदा, तो वो थले सुरंग तला का पानी आता, सुरंग मैं वेखी पर बंद हो गई, हूँ बंद हो गई, मेला बंद हो गया, मेला बंद हो गया, नहीं हूँ छोटा कर छड़िया उन्होंने, तुम सू वेला सुनाओ कि मेला रूज तो हों जो तुम घरों तैयारी श्यारी करके गए, किन्ने पैसे लैके गए, की जाके तुम्हें खरीदया, की खादा, सानू वो दसो। गल जी उदो रुपया तो हों दो रुपये मिलते हैं, वड्डा जिहड़ा हुंदा अमीर उहनू पंज मिलते हैं, अमीर बंदे नू पंज रुपये ते साडे वर्गे नू दो रुपये कर दे देने, ठीक है जी। वो जनाब जाके दो मुकदे नहीं सन, अठ पार विसाखी कहिंदे हन मेला, वो मुकदे नहीं सन, नहीं ये मुंडिआं नू ते दसो अठ पारां दे किन्नू ने, अठ चौबीआं घंटिआं, चौबीआं घंटिआं नू वजांदे ने अठ पारां, जिहड़ा सेंज रखदे अठ पार दो रुपये मुकदे नहीं, मुकदे खांदे की सो उहनां दा, उत्थे जी जलेबियां, मिठाई, मैसू, भुख लगनी जो दिल करना खाना बेर लैने वो खाने, उन्हें दूर पईआं जी, उन्हें दूर पईआं, मुकदे नहीं सन, मजा आ गया भाई। अच्छा फिर हुण तुसीं जदों लै बेरां कोल अपने को दो रुपये, फिर तुसीं टुरे मेले वाल नूं, तां सानूं उत्थों दसो हुण मेले वाल जी गए बोझे पैसे पा लैन दो रुपये, दो तीन रुपये ਉਹ ਪਨਾ ਲੈ, ਠੀਕ ਹੈ ਜੀ, ਚੋਖੇ ਕਰ ਲੈ, ਦੋ ਰੁਪਏ ਉਹਨਾਂ ਦਾ ਪਾਲ ਲਿਆ, ਉਹ ਚੋਖੇ ਕਰ ਲੈ ਪਾਲ ਲਿਆ, ਵੱਡਿਆਂ ਨੇ ਤੇ ਪੰਜੂ ਲੈ, ਪੰਜੂ ਪਿੱਛੋਂ ਨੇੜੇ ਨੇ ਉਹਦਾ ਦਵਾਨੀ ਚਵਾਨੀ, ਦਵਾਨੀ ਚਵਾਨੀ ਪੈਸਾ ਹੁੰਦਾ ਸੀ, ਉਹ ਜਿਹਦੇ ਚੋਂ ਮੋਰੀ ਹੁੰਦੀ ਸੀ ਟ੍ਰੈਡੀ ਪੈਸਾ, ਮੋਰੀ ਵਾਲੇ ਪਿੱਛੇ ਲਗਾ ਵੱਡਾ ਡਾਊ ਪੈਸਾ ਹੁੰਦਾ ਸੀ, ਡਾਊ ਪੈਸਾ, ਨਹਿਰੂ ਦੀ ਫੋਟੋ ਤੇ, ਹਾਂ ਫੋਟੋ ਨਹਿਰੂ ਦੀ, ਅੱਛਾ ਉਹਦੇ ਤੇ ਨਹਿਰੂ ਦੀ ਫੋਟੋ ਸੀ, ਹਾਂ ਜੀ, ਠੀਕ ਹੈ, ਪਾਕਿਸਤਾਨ ਤੋਂ ਪਹਿਲਾਂ ਇਹ ਫਿਰ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹੋਇਆ ਕਿ ਇਹ ਪਹਿਲਾਂ ਵੀ ਪਿੱਛੋਂ ਵੀ ਇਹ ਜਦੋਂ ਪਾਕਿਸਤਾਨ ਬਣਿਆ ਨਾ, ਆਹੋ ਉਦੋਂ ਫਿਰ ਇਹਨਾਂ ਆਪਣਾ ਸਿੱਕਾ ਕੀਤਾ, ਮੋਰੀ ਵਾਲਾ ਪੈਸਾ ਆ ਗਿਆ, ਹਾਂ ਉਦੋਂ ਮੋਰੀ ਵਾਲਾ ਆਇਆ, ਨਹੀਂ ਇਹ ਨਹਿਰੂ ਵਾਲਾ ਤਾਂ ਫਿਰ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹੋਇਆ ਕਿ ਪਾਕਿਸਤਾਨ ਜੋ ਨਵਾਂ ਨਵਾਂ ਬਣਿਆ ਸਿੱਕਾ ਉਹ ਚੱਲਦਾ ਸੀ ਵੱਡਾ, ਅੱਛਾ ਉਹਦੇ ਤੇ ਹੈ ਸੀ ਫੋਟੋ ਜੀ, ਹਾਂਜੀ, ਅੱਛਾ ਅੱਛਾ, ਫਿਰ ਤੁਸੀਂ ਪੈਸੇ ਲੈ ਲੈ, ਚੋਖੇ ਪੈਸੇ ਹੋ ਗਏ, ਫਿਰ ਜੇਬ ਚ ਪਾ ਕੇ ਬੰਦੇ ਖੜਕਾਉਂਦੇ ਜਾਂਦੇ ਹੋ ਕਿ ਲਕਾ ਕੇ, ਇੱਥੇ ਲਾ ਕੇ ਲੀਰ ਤੇ ਨੂੰ ਬੰਨ ਲੈਨੇ ਆ ਬੋਝਾ, ਇਹ ਲੀਰ ਬੰਨ ਲਈ ਬੋਝਾ, ਕੱਢੇ ਆ ਅੱਜ ਕੱਲ ਦਾ ਬਟਵਾ, ਬਟਵਾ ਬਣਾ ਲਿਆ, ਹਾਂ ਫਿਰ ਤੂੰ ਟੁਰ ਪੈ ਹੁਣ, ਹਾਂਜੀ, ਤੇ ਆਨਾ ਆਨਾ ਹਾਂ ਖਰਚਣਾ, ਅੱਛਾ ਦਵਾਨੀ ਕਦੇ ਨਹੀਂ ਖਰਚੀ, ਜੇ ਤੇ ਰੁਪਈਆ ਹੁੰਦਾ ਬੋਝਾ ਦੇਣਾ ਉਹ ਦੁਕਾਨਦਾਰ ਨੂੰ ਦਿੰਦੇ, ਉਹ ਸਾਨੂੰ ਪਾਣ ਦਿੰਦਾ ਘੱਟ ਜਾਂਦਾ ਵਾ, ਰੌਲਾ ਪੈਂਦਾ, ਅਸੀਂ ਆਪਣੇ ਕੋਲੋਂ ਆਨਾ ਦਿੰਦੇ ਹਾਂ ਵੱਡਾ, ਤੇ ਸਬਦਾ ਲੈ ਲੈਂਦੇ ਹਾਂ ਵੱਡੇ ਆਨੇ ਦਾ, ਆਨੇ ਦੀ ਕਿੰਨੀਆਂ ਕੁ ਜਲੇਬੀਆਂ ਹੁੰਦੀਆਂ ਹਨ, ਦੋ ਆਨੇ ਦੀ ਵੱਟੀ ਜਲੇਬੀਆਂ ਸਨ, ਤੇ ਹੁਣ ਵੱਟੀ ਕੀ ਹੁੰਦੀ ਆ ਨੂੰ ਇਹ ਨਹੀਂ ਪਤਾ, 2 ਕਿਲੋ ਦੀ, ਓਏ ਹੋਏ ਹੋਏ 2 ਕਿਲੋ ਨੂੰ ਵੱਟੀ ਆਨੇ ਨੇ ਭਾਈ, ਹਾਂਜੀ ਹਾਂ ਇੱਕ ਵੱਟੀ, ਸੌਰੀ ਕਹਿੰਦੇ ਕਿ 2 ਸੇਰ ਹੁੰਦੇ, 2 ਸੇਰ ਤੇ 2 ਆਨਿਆਂ ਦੇ, 2 ਆਨਿਆਂ ਦੇ, 2 ਆਨਿਆਂ ਦੇ, ਯਾਨੀ ਇੱਕ ਆਨੇ ਦਾ ਇੱਕ ਸਿਰ ਜਲੇਬ ਦਾ, ਹਾਂਜੀ, ਆਜਾ ਫੇਰ ਤੇ ਬੋਲੀਓ ਲਾਉਂਦੇ ਦਵਾਨੀ ਵੱਟੀ ਕੋਈ ਨਹੀਂ ਖੱਟੀ, ਦਵਾਨੀ ਵੱਟੀ ਕੋਈ ਨਹੀਂ ਖੱਟੀ, ਹਾਂ ਖੱਟੀ ਆ ਮੇਰਾ ਮਰਾਦ ਇਹ ਵੀ ਆਨੇ ਹਨ ਭਾਈ, ਫਾਇਦਾ ਫੁਦਾ ਐਡਾ ਹੀ ਨਹੀਂ ਲੈਣਾ, ਲੇਕਿਨ ਤੁਹਾਨੂੰ ਅਹੀ ਜਲੇਬੀਆਂ ਦੇਨੇ ਆ ਬੈ ਭਾ ਦੇ ਭਾ, ਕਿੰਨੇ ਆਨੇ ਹੁੰਦੇ ਆ, ਹਾਂਜੀ 1 ਰੁਪਈਏ ਚ, 16 ਆਨੇ, 16 ਆਨੇ 1 ਰੁਪਈਏ ਚ, ਸੋਦਰ ਕੇ ਰੁਪਈਏ ਦੀਆਂ 16 ਕਿਲੋ ਜਲੇਬੀਆਂ, ਚਲੋ ਉੱਥੇ ਚਲੀਏ ਯਾਰ। ਅੱਛਾ ਫੇਰ ਅੱਗੋਂ ਸੁਣਾਓ ਸਾਨੂੰ ਹੁਣ ਗੱਲ, ਫੇਰ ਕੀ ਹੋਇਆ ਵਿਸਾਖੀ ਗਿਆ, ਅੱਛਾ ਠੇਠਰ ਲਗਾ ਉੱਥੇ ਲਗਾ ਉੱਥੇ ਫੱਜੀ ਫੱਜੀ ਜਿਹੜਾ ਥੀਏਟਰ, ਨਹੀਂ ਉਦੋਂ ਲੱਕੀ ਰਾਣੀ ਸਰਵਸ ਹੁੰਦੀ ਸੀ, ਆ ਸਰਕਸ ਜਿਹੜੀ ਲੱਕੀ ਰਾਣੀ ਸਰਵਸ ਜਿਹੜੀ ਨਾ ਸਰਕਸ, ਆਹੋ ਇਹ ਪਿੱਛੋਂ ਨੇੜੀ ਉਦੋਂ ਨਹੀਂ ਸੀ, ਉਦੋਂ ਨਹੀਂ ਹੈ, ਉਦੋਂ ਨਹੀਂ ਸੀ, ਤੇ ਉਦੋਂ ਫਿਰ ਮਸ਼ਹੂਰ ਕੀ ਹੁੰਦਾ ਸੀ ਜਦੋਂ ਮਸ਼ਹੂਰ ਜਾਂਦੇ ਹੋ, ਉਦੋਂ ਮਸ਼ਹੂਰ ਫੱਜੀ ਸ਼ਾਹ ਦਾ ਥੀਏਟਰ,
पुत्र चलां ते होश ना रही बुरजां नाल कटा वाले कदी मना कीता कि ना जा बड़ी बारी मेले पहुंच गए जलेबियां खा लिया मेसू खा ले कबड्डी शबड्डी भी हुंदी सी बड़ी कबड्डी हुंदी लकड़ चुकदे हन पहलवान चुकी लकड़ सदर थाना कौडी साडी पई सी गुहरी खेडी नाम कौडी कोई पाई को सारे काम किते मदारी गुआई लगे सारी रात वेंदे रहे गौन सुनदे रहे सरगी जी भुख लगी मैं की वह करिए बाजार एक बंदा उन्हें पतीला धरिया उन्हें जरदा पकाया और जिस मैं लिया उन्होंने पूछा किन्ने का देना था आने की प्लेट एक आने की एक प्लेट और जिस मैं मूंह पाया वो कल परसों का पका मुस गया हाँ जी बरकी छटी सारा मेरे को तक इतो फड़क ले लिया अच्छा जरदा खराब सी पैसे ले लिया उन्हें पैसे नादरी ने ऐ हट बीती पकौड़े लाने पैसे किन्ने पैसा एक आना बनता चौ पैसा एक आना सही चौ पैसा एक आना चौं आने की एक चवानी ठीक है अठा आने एक अठानी अठानी सोलह आने का एक रुपया यार उत्थे चलिए दो सौ चौंह रुपये डीजल हो गया देखो तो सही अच्छा चाचो फिर पकौड़े तुम लै पकौड़े लै रोटी ले खाधी पानी पीता बौली तो गुजारा किया अच्छा नहीं तो जो उदो सिख आते हैं हाँ जी मुदाखलत हो जाए टिकट खुल गई सिख वागर सिखा का जोर हों बौली तो उन्होंने ढगे वगते होंगे उधर बैठे होंगे टलिया आले मुरलिया आले रंग भर मुल भैन दूर मैं आला मुकदा नहीं अच्छा फिर तुम हम नहीं फिर कौडी किदन हुंदी छेकल दिन ओ बाद एक दिन मेला रहिंदा यानी
सत दिन मंजूरी मेले की घोड़िया भजनिया लकड़ा चुकनिया कबड्डी होनी पलवाना देखने खेडा होनिया वेखनिया सारिया ओदू बाद अगला दिन जरा होता बीबिया की विसाखी एंड आला दिन एंड छेकड़ा दिन जरा ना ओनू आंदे बीबिया जाना फिर पिंडा दिया मेला तो मुक गया उस दिन बंदा शंदा को नहीं सी हुंदा बीबियां होंदियां बाजार फिरना ते चाटियां लैनियां ते प्याले लैने उन्हें अपनी जरूरत दी चीजां लैके बीबियां छेकड़े दिन ये हुंदा सी अगर छेकड़े दिन कोई बंदे या मुंडे टुर जाण फिर नहीं बंदे जे जांदे हन ते लंबे लंबे उन्हां दा काम ही नहीं सी हुंदा इज्जत सी ना हां वो गैरत दा जमाना गैरत दा जमाना हां हिंदू मास्टर सी नाम सी बसंत राम बसंत राम बसंत राम मैं ओद को पढ़ता रहा अच्छा स्कूल सी ओद को पढ़ता रहा बीड़िया बड़िया पीने पान बड़े खाता इथो उथो करता है तो सिख वेंद्रे सिखा दठा होंगे इतने मेरा फुफड़ से वो थे बैठे सिख लद्दे गुरा तो इतने लड़ाई हो पी सिख फिर लगे ने मारन पराली दिन चार भरिया पुट्ठी भरे हरदा गया उन्होंने आ वजी कृपान अज तो तलवार खाने मोटा लै गया मेरे फुफड़ बरकत नहीं इमनाबाद सब तो पहला इस एरिए एक मामन दा कोट पिंड एक इमनाबाद गुजरे वाला जिहड़ा पिछों दा जम है बड़ी बाद चो पीढ़ी है ना तीजी चौथी जी गल कर देने पैना बड़ी पुरानी है अच्छा गल सिखा नाल लड़ाई किस गल तो हुई थी सिखा ने पुराना सिख भी लद्दे वाले दे सन पानी पूनी लान तो लड़े हां पानी तो साडी लड़ाई जिम्मेदारी नहीं हुंदी है अच्छा जो लड़ाई वाली गल्ला छोड़ो चलो लड़ाई हो गई तुसी सिर्फ सानू मेले वाली गल सुनाओ सानू बड़ा स्वाद आया आनी दुआनी है तो बड़े खुश होण दे यार ठीक है जरी को पैसे देनी है शाम हुण ते 5000 दा नोट तड़ाइए ना ते शामी ओ नहीं लगदा ओदा ओ गया किथे वे ना जी क्या सूरतहाल हो गई है हुण कीमत ही कोनी पैसे दी हां अच्छा उथे मेले ते कदी अपने हाथ कोई शाय भी खरीदी कोई लुंगी कपड़ा चादर टोपी चादर कपड़े नहीं सन उथे हुंदे खडौणे खडौणे ने खरीदे ने बड़ा भी मेला लगता मेला अरे हम तो वक्त बदल गया जी तुसी गल्लां सुनिया जी तुसी वेख लो कि उस दौर दी गल्लां जो रुपये के 16 आने होंगे ठीक है तो 16 आने के बीच यानी कि तुहाडे कोल अगर 32 आने ने तुसी मेला वेख सकदे हो बिलकुल फिर बच जाते हैं फिर बच जाते हैं जी नवी नसल है ना खासकर उहदे वास्ते जी मैं तुहानूं दसना जी मेरा पोता है तो मैं उन्होंने पैसे देने लगा तो मैनू कहिंदा मैं हुण वड्डा हो गया मैं नहीं जाने 150 वाली गल कर ठीक है कहिंदा 10 भी छड्ड दे हुण 150 दी गल करो मैं वड्डा हो गया अच्छा एक मैनू 100 रुपये तो याद आ गया
मेरे अपना नाना जी आंदे हुंदे हन, आंदे ने केड़ा आंदा सी ना मैं बड़ा चौधरी हां, आंदे हन 100 रुपया इकट्ठा वहा दे असीं तैनूं चोर ही मान जांगे, कोई इंज दी गल हुंदी सी? 100 रुपया च मिलदा नहीं, पूरे महल्ले च नहीं मिलदा। मझ ओदो लब जांदी छियावियां दी। अच्छा छियावियां दी सुनाओ, 120 रुपये। 120 रुपये, चलो चलिए उत्थे ही। 120 रुपये, 120 रुपये। मतलब जो हाथ लारिया छो ग बाबा नी नाल तुसी कोई लैके आना, केड़ी गल्ला बनिया ने जो ओदो व्याह हुंदे हन? वाकई मतलब वडेरिया नू पहलो सद्या जांदा सी ओदो? हुण मुंडे जिहड़े ने मुंडे, हां जी, इहनां दा कम्म इह सियाणे समझदे ने आपणे आप। साडे वक्त च हां जी बुढ़ा जिहड़ा हुंदा सी ना बुढ़ा 80-90 साल दा वंडर ओह जांदा सी, ਬੰਦਾ ਇਹ ਖਾ ਲੈ ਤੇ ਧੀ ਦਾ ਡੋਲਾ ਲੈ ਜਾ, ਨਹੀਂ ਤਾਂ ਪਿਛਾ ਮੁੜ ਜਾ ਮੁੜ ਜਾ। ਬਾਬਾ ਬੁੱਢਾ ਜਿਹਾ ਮੇਰੇ ਵਰਗਾ ਉਹਦਾ ਸਲੂਕ ਹੀ ਬੰਦ ਕੀਤਾ ਸੀ। ਉਹਨੇ ਬਾਬਾ ਜੀ ਆਹ ਸਵਾਲ ਪਿਆ, ਉਸ ਆਖਿਆ ਕੋਈ ਗੱਲ ਨੀ ਖਾ ਜਾਓ। ਉਹਨੇ ਆਖਿਆ ਇੱਕ ਇੱਕ ਕਰੀ ਜਾਓ, ਉਹਨਾਂ ਨੂੰ ਕਹੋ ਇੱਕ ਇੱਕ ਕਰਕੇ ਲਿਆਓ, ਇੱਕ ਇੱਕ ਕਰਕੇ ਲਿਆਓ, ਨਹੀਂ ਲੈਣਾ ਨਾ, ਇਕੱਠਾ ਨੇ ਇਕੱਠਾ ਨੇ ਉਹ ਖਾ ਗਿਆ ਸਾਰੇ। ਉਹ ਤੇ ਫਿਰ 100 ਬੰਦਾ 100 ਬੱਕਰਾ ਖਾ ਕੇ ਭੁੱਖੇ ਰਿਹਾ ਹੋਣਾ, ਨਹੀਂ ਤੇ ਇੱਕ ਬੱਕਰਾ ਹੋਣਾ, ਬੋਟੀ ਬੋਟੀ ਆਣੀ, ਬੋਟੀ ਬੋਟੀ 100 ਬੱਕਰਾ ਉਹਨੇ ਖਾ ਛੱਡਿਆ ਸੀ। ਨਹੀਂ ਫਿਰ ਇਹ ਵੀ ਮਸ਼ਹੂਰ ਹੋਇਆ ਨਾ, ਉਹ ਆਂਦੇ ਨੇ ਤੁਹਾਡੇ ਨਾਲ ਕੋਈ ਵਡੇਰਾ ਬੰਦਾ ਹੈ, ਸਾਨੂੰ ਦੱਸੋ ਕਿੱਥੇ ਵੇ ਹੋ, ਤੁਸੀਂ ਮੁੰਡੇ ਮੁੰਡੇ ਨੀ ਇਹ ਅਕਲਮੰਦੀ ਦਾ ਕੰਮ ਕਰ ਸਕਦੇ, ਉਹ ਵਡੇਰਾ ਬੰਦਾ ਲਿਆਓ ਕਿੱਥੇ ਵੇ? ਵਡੇਰਾ ਬੰਦਾ ਜਾਣਦਾ ਸੀ, ਹਿਸਾਬ ਕਿਤਾਬ ਦੱਸਦਾ ਸੀ, ਮੁੰਡੇ ਤੇ ਹੁਣ ਸਾਇੰਸ ਲਈ ਫਿਰਦੇ ਨੇ, ਹਾਂ ਬਗੈਰ ਤੇਰੀ ਸਾਇੰਸ। ਠੀਕ ਹੈ, ਹਾਂ ਸਾਇੰਸ ਨੂੰ ਵੀ ਬੰਬ ਮਾਰੋ ਤੁਸੀਂ, ਇਹ ਮੁੱਕ ਗਈ ਸਾਇੰਸ, ਦਫਾ ਕਰੋ ਸਾਇੰਸ ਨੂੰ। ਇਸ ਤੋਂ ਇਲਾਵਾ ਕੋਈ ਦੱਸੋ? ਆਹ ਲੱਗਦਾ ਸੀ ਬਾਦਸ਼ਾਹ ਸ਼ਿਵਪੁਰੇ, ਇਹ ਵੀ ਬੜਾ ਮੇਲਾ ਲੱਗਦਾ ਹਰਨ ਮਨਾਰ ਦੇ ਕੋਲ। ਹਾਂਜੀ ਆਹ ਪੀੜੀ ਪੀੜੀ ਸ਼ਰਮਾਨ ਸ਼ਰਮਾਨ ਸਬਾਦ ਰੋਡ ਦੇ ਉੱਤੇ ਉਹ ਹਾਲੇ ਵੀ ਲੱਗਦੀ। ਹਾਂਜੀ ਤੁਸੀਂ ਗਏ ਹੋ ਕਦੀ? ਮੈਂ ਬੜੀ ਵਾਰ ਪੀੜੀ ਸ਼ਰਮਾਨ। ਹਾਂਜੀ ਬੜੀ ਵਾਰ। ਤੇ ਕਦੀ ਲਾਹੌਰ ਦੇ ਮੇਲਿਆਂ ਤੇ ਲਾਹੌਰ ਵੇਖਿਆ ਹਜੇ ਨਿੱਕੇ ਹੁੰਦੇ ਆ? ਨਿੱਕੇ ਲਾਹੌਰ ਵੇਖਿਆ, ਸ਼ਾਲਾਮਾਰ ਬਾਗ ਵੇਖਿਆ। ਕਿਦੋਂ ਕਿੰਨੀ ਉਮਰ ਕਿੰਨਾ ਕਿੱਡੇ ਕੁਸ ਉਦੋਂ? ਉਹ ਮੈਂ ਖਾਰੀ ਮੇਰੀ ਸਰਦਾਰੀ ਆ ਗਈ ਸੀ ਜਦੋਂ ਤੁਸੀਂ ਲਾਹੌਰ। ਮੈਂ ਅੱਜ ਦਾ ਉਹ ਕਿੰਨਾ ਕਰਾਇਆ ਸੀ ਉਦੋਂ ਲਾਹੌਰ ਜਾਣ ਦਾ? ਕਿਤੇ ਤੇ ਗਏ ਹੋਣਾਲੇ? ਆਹ ਐ ਨਾ ਗੱਲ। ਹਾਂਜੀ ਗੱਲ ਸੁਣ। ਮੇਰਾ ਸੈਂਟਰ ਸੀ ਇੱਥੇ ਆਸਟ੍ਰੇਲੀਆ ਬੇੜੇ ਮਾਲ ਰੋਡ ਉਰਲੇ ਪਾਸੇ। ਠੀਕ ਹੈ। 18 ਆਨੇ ਦਾ ਪਾਸਪੋਰਟ ਮੈਂ ਬਣਾਉਂਦਾ ਹਾਂ, 1 ਰੁਪਈਆ 2 ਆਨੇ ਦਾ। ਸਹੀ ਹੈ। ਗੁਜਰੇ ਵਾਲੇ ਬਹਿਣਾ, ਉੱਥੇ ਜਾਣਾ, ਉੱਥੋਂ ਵਾਪਸ ਅੱਧੀ ਰਾਤ ਤੱਕ ਮੇਰਾ ਟਾਈਮ ਹੁੰਦਾ ਸੀ, 18 ਆਨੇ ਜਾ ਕੇ ਅਤੇ ਵਾਪਸ ਆਉਣਾ ਪਾਸ ਦੇ ਉੱਤੇ। ਹਾਂਜੀ। ਵਾਹ, ਅਤੇ ਜਾਂਦੇ ਕਿਤੇ ਤੇ ਉਹ? ਟ੍ਰੇਨ 'ਤੇ। ਸਹੀ ਸਹੀ। ਉਹ ਆ ਬੱਸਾਂ ਤਾਂ ਨਹੀਂ ਹਨ। ਅੱਛਾ ਜੀ, ਟ੍ਰੇਨ ਦਾ ਸਫ਼ਰ ਸਹੀ? ਹਾਂ ਉਹ ਸਫ਼ਰ ਹਾਲੇ ਵੀ ਟ੍ਰੇਨ ਦਾ ਸਹੀ ਹੈ। ਹਾਂ ਸਹੀ ਹੈ ਸਫ਼ਰ, ਮਹਿਫੂਜ਼ ਹੈ, ਖਤਰੇ ਤੋਂ ਬਗੈਰ ਹੈ। ਸਹੀ। ਅਤੇ ਉਦੋਂ ਬੱਸ GTX ਅਤੇ ਇੱਕ ਨਹੀਂ ਡਿਸਟ੍ਰਿਕਟ ਟਰਾਂਸਪੋਰਟ GT ਨੂੰ ਅਸੀਂ ਆਉਂਦੇ ਜੱਟੀ ਡਾਂਗਰੀ ਅਤੇ ਡਿਸਟ੍ਰਿਕਟ ਬੋਰਡ ਲਾਲ ਰੰਗ ਦੀ ਹੁੰਦੀ ਸੀ, ਇਹ ਚਿੱਟੇ ਅਤੇ ਹਰੇ ਰੰਗ ਦੀ ਹੁੰਦੀ ਸੀ। ਇਹ 2 ਗੱਡੀਆਂ ਚੱਲਦੀਆਂ, ਘੰਟੇ ਬਾਅਦ ਦੇਣਾ ਆਉਣਾ। ਟ੍ਰੇਨ ਚੱਲਦੀ ਸੀ, ਟ੍ਰੇਨ ਟਾਈਮ ਟਾਈਮ ਆਉਂਦੀ। ਹਾਂਜੀ, ਹੁਣ ਕੰਮ ਉਲਟ ਹੋ ਗਿਆ, ਟ੍ਰੇਨ ਘੱਟ ਚੱਲਦੀ ਹੈ, ਬੱਸਾਂ ਹੀ ਬੱਸਾਂ। ਹੁਣ ਜਿਹੜੇ ਮੁਸਾਫਰ ਦੂਰ ਦੇ ਨੇ ਉਹ ਟ੍ਰੇਨ ਇਸਤੇਮਾਲ ਕਰਦੇ ਨੇ, ਕੋਟੇ ਕਰਾਚੀ ਵਾਲੇ। ਹੋ ਜੀ, ਤੁਸੀਂ ਗੱਲਾਂ ਸੁਣੀਆਂ ਜੀ, ਤੇ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਥੱਲੇ ਕਮੈਂਟ ਕਰਕੇ ਦੱਸਣਾ। ਠੀਕ ਹੈ ਜੀ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।